ਫਿਊਚਰ ਪਰਫੈਕਟ ਟੈਂਸ ਦੀ ਵਰਤੋਂ। ਇਸ ਵਿੱਚ ਪਹਿਲਾਂ ਵਾਂਗ ਹੀ ਆਈ ਵੀ ਦੇ ਨਾਲ ਸ਼ੈਲ, ਬਾਕੀ ਸਾਰਿਆਂ ਨਾਲ ਵਿਲ। ਇਸ ਵਿੱਚ ਵਾਕ ਦੇ ਅੰਤ ਵਿੱਚ ਆ ਹੋਵੇਗਾ, ਈ ਹੋਵੇਗੀ, ਚੁੱਕਾ ਹੋਵੇਗਾ ਆਦਿ ਆਉਂਦਾ ਹੈ। ਜਿਵੇਂ ਮੈਂ ਸਕੂਲ ਪਹੁੰਚ ਗਿਆ ਹੋਵਾਂਗਾ, ਧੋਬੀ ਕੱਪੜੇ ਧੋ ਚੁੱਕਾ ਹੋਵੇਗਾ, ਬੱਚੇ ਪਤੰਗਾਂ ਉਡਾ ਚੁੱਕੇ ਹੋਣਗੇ, ਕੀ ਕੋਈ ਕੰਮ ਹੋ ਚੁੱਕਾ ਹੋਵੇਗਾ। ਹਾਂ ਵਾਚਕ ਵਾਕਾਂ ਵਿੱਚ ਸਬਜੈਕਟ ਫਿਰ ਵਿਲ ਦੇ ਸ਼ੈਲ ਨਾਲ ਹੈਵ ਦੀ ਵਰਤੋਂ ਹੋਵੇਗੀ, ਜਿਵੇਂ ਪ੍ਰੈਜੈਂਟ ਪ੍ਰੈਜੈਂਟ ਪਰਫੈਕਟ ਅਤੇ ਪਾਸਟ ਪਰਫੈਕਟ ਵਿੱਚ ਹੋਈ ਸੀ। ਜਿਵੇਂ ਉਸਨੇ ਪੱਤਰ ਡਾਕ ਵਿੱਚ ਪਾ ਦਿੱਤਾ ਹੋਵੇਗਾ, ਹੀ ਵਿਲ ਹੈਵ ਪੋਸਟਡ ਦਾ ਬੁੱਕ। ਨਾ ਵਾਚਕ ਵਾਕਾਂ ਵਿੱਚ ਵਿਲ ਅਤੇ ਹੈਵ ਦੇ ਵਿਚਕਾਰ ਨੋਟ ਦੀ ਵਰਤੋਂ ਕੀਤੀ ਜਾਵੇਗੀ, ਜਿਵੇਂ ਉਹ ਹੁਣ ਤੱਕ ਕਸਰਤ ਨਹੀਂ ਕਰ ਚੁੱਕਾ ਹੋਵੇਗਾ, ਹੀ ਵਿਲ ਨੋਟ ਹੈਵ ਟੇਕਨ ਐਕਸਰਸਾਈਜ਼ ਬਾਏ ਨਾਓ। ਕੁਸਚਨ ਵਰਡਸ ਵਿੱਚ ਵਿਲ ਸ਼ੈਲ ਪਹਿਲਾਂ ਸਬਜੈਕਟ ਤੋਂ ਆਏਗਾ ਅਤੇ ਫਿਰ ਹੈਵ ਦੀ ਵਰਤੋਂ, ਜਿਵੇਂ ਕੀ ਤੁਸੀਂ 9 ਵਜੇ ਤੱਕ ਕਿਤਾਬ ਪੜ੍ਹ ਚੁੱਕੇ ਹੋਵੋਗੇ, ਵਿਲ ਯੂ ਹੈਵ ਰੀਡ ਦਾ ਬੁੱਕ ਬਾਏ 9 o'clock ਪ੍ਰਸ਼ਨ ਚਿੰਨ੍ਹ। ਕੁਸਚਨ ਵਰਡਸ ਵਿੱਚ ਪਹਿਲਾਂ ਕੁਸਚਨ ਵਰਡ ਆਏਗਾ, ਫਿਰ ਵਿਲ ਸ਼ੈਲ, ਫਿਰ ਸਬਜੈਕਟ, ਉਸ ਤੋਂ ਬਾਅਦ ਹੈਵ, ਜਿਵੇਂ ਉਸ ਨੇ ਸ਼ੇਰ ਕਿਉਂ ਮਾਰਿਆ ਹੋਵੇਗਾ, ਵਾਈ ਵਿਲ ਹੀ ਹੈਵ ਕਿਲਡ ਦਾ ਲਾਇਨ, ਉਸਨੇ ਬਕਸਾ ਕਿਵੇਂ ਖੋਲ੍ਹਿਆ ਹੋਵੇਗਾ, ਹਾਉ ਵਿਲ ਹੀ ਹੈਵ ਓਪਨ ਦਾ ਬੋਕਸ। ਹੁਣ ਅਭਿਆਸ ਲਈ ਕੁਛ ਵਾਕ ਦਿੱਤੇ ਹਨ, ਇਹਨਾਂ ਨੂੰ ਤੁਸੀਂ ਨੋਟ ਕਰਕੇ ਬਾਅਦ ਵਿੱਚ ਇਹਨਾਂ ਦੀ ਚੈਕਿੰਗ ਕਰ ਲੈਣਾ। ਥੈਂਕ ਯੂ।